Hello, I'm Mr. Ahmed here, a retired lecturer in metallurgy. Hello, mera naam Chaudhary Rajinder Nijjar hai ga te main Pandori Nijjaran da Jatt hai ga. Is video ch main tuhanu dassna chahunda ke jehde aun wale sectarian royals honge na India ch oh kinne zabardast honge, kiddan loki ik dooje nu marange. Ohdi jehdi misal hai ki oh tuhanu eh jehda chosen people hai ge ne jinhan nu apan Jew kahinde hai na. Jew ਜਿਹੜਾ ਹੈਗਾ ਇਹ ਸਪਿਰਚੁਅਲ ਸੈਲਫ ਹੈਗਾ ਫਿਜ਼ੀਕਲ ਸੈਲਫ ਨਹੀਂ ਹੈਗਾ ਆ ਉਹਨਾਂ ਦਾ ਬੈਂਜਾਮਿਨ ਕੋਈ ਲੀਵਾਈ ਟ੍ਰਾਈਬ ਕੋਈ ਜੁਡਾ ਟ੍ਰਾਈਬ ਟ੍ਰਾਈਬਲ ਪੀਪਲ ਹੈਗੇ ਨੇ ਜਿਉ ਦਿਲ ਦਾ ਹੁੰਦਾ ਹੈਗਾ ਜਿਸਮ ਦਾ ਨਹੀਂ ਹੁੰਦਾ ਇਸੇ ਤਰ੍ਹਾਂ ਹਿੰਦੂ ਸਿੱਖ ਮੁਸਲਿਮ ਕ੍ਰਿਸਚੀਅਨ ਇਹ ਦਿਲ ਦੇ ਹੁੰਦੇ ਨੇ ਅਤੇ ਉਹਦੀ ਮਿਸਾਲ ਦੇਣ ਲੱਗਾ ਹੁਣ ਸੈਕਟੇਰੀਅਨ ਰਾਇਟਸ ਹੋਣੇ ਨੇ ਇੰਡੀਆ 'ਚ ਉਹ ਕਿੰਨੇ ਜ਼ਬਰਦਸਤ ਹੋਣਗੇ ਉਹ ਤੁਹਾਨੂੰ ਅੰਦਾਜ਼ਾ ਲੱਗੇਗਾ ਇਹਨਾਂ ਦੇ ਚੋਜ਼ਨ ਪੀਪਲ ਤੋਂ ਇਹਨਾਂ ਦਾ ਵੱਡਾ ਵਡੇਰਾ ਜਿਹੜਾ ਸੀ ਚੋਜ਼ਨ ਪੀਪਲ ਦਾ ਆਬਰਮ ਉਹ ਇਰਾਕ ਏਰੀਏ 'ਚੋਂ ਗਿਆ ਸੀਗਾ ਇਰਾਕ ਏਰੀਏ ਦੇ ਲੋਕ ਹੈਗੇ ਸਮੈਟਿਕ ਸਮੈਟਿਕ ਯਾਨੀ ਕਿ ਕਾਲੇ ਅਤੇ ਗੋਰੇ ਦਾ ਜੋੜ ਹੈਗਾ ਅਤੇ ਇਹ ਲੋਕ ਜਿਹੜੇ ਨੇ ਨਾ ਕਾਲੇ ਨੂੰ ਨਫ਼ਰਤ ਕਰਦੇ ਨਾ ਗੋਰੇ ਨਾਲ ਮੁਹੱਬਤ ਕਰਦੇ ਨੇ ਇਹ ਨਿਊਟਰਲ ਹੈਗੇ ਨੇ ਅਤੇ ਇੱਥੋਂ ਲੈ ਕੇ ਗਿਆ ਸੀ ਆਪਣੇ ਆਬਰਮ ਨੂੰ ਉੱਥੇ ਵਸਾਇਆ ਸੀਗਾ ਮਿਡਲ ਈਸਟ 'ਚ ਜਿੱਥੇ ਇਜ਼ਰਾਈਲ ਹੈਗਾ ਉਹਨੂੰ ਆਦਮ ਦੇ ਤੌਰ 'ਤੇ ਅਤੇ ਉਹਦੀ ਵਾਈਫ ਸੈਰਾ ਜਿਹੜੀ ਸੀ ਈਵ ਅਤੇ ਪ੍ਰੋਮਿਸ ਲੈਂਡ ਹੈਗੀ ਗਾਰਡਨ ਆਫ ਈਡਨ ਜਦੋਂ ਉਹਦੇ ਵਫ਼ਾਦਾਰ ਹੁੰਦੇ ਨੇ ਉਦੋਂ ਸਰ ਸਬਜ਼ ਹੁੰਦੀ ਹੈਗੀ ਜਦੋਂ ਬੇਵਫ਼ਾ ਹੋ ਜਾਂਦੇ ਨੇ ਉਦੋਂ ਉਹੀ ਧਰਤੀ ਬੰਜਰ ਹੋ ਜਾਂਦੀ ਕਾਲ ਪੈ ਜਾਂਦਾ ਉੱਥੇ ਜੈਕਬ ਦੇ 12 ਮੁੰਡੇ ਸੀਗੇ ਉਹਨਾਂ 'ਚੋਂ ਇੱਕ ਮੁੰਡਾ ਜਿਹੜਾ ਸੀਗਾ ਉਹੀ ਉਹ ਚੰਗਾ ਸੀਗਾ ਬਾਕੀ ਦੇ 11 ਜਿਹੜੇ ਸੀ ਉਹ ਕਰੁੱਕ ਸੀਗੇ ਅਤੇ ਉਹ 11 ਜਿਹੜੇ ਸੀਗੇ ਉਹਨੂੰ ਮਾਰਨਾ ਚਾਹੁੰਦੇ ਸੀ ਵੀ ਸਾਡੀਆਂ ਗੱਲਾਂ ਸਾਰੀਆਂ ਜਾ ਕੇ ਉੱਥੇ ਆਪਣੇ ਪਿਓ ਨੂੰ ਦੱਸ ਆਉਂਦਾ ਹੈਗਾ ਜੈਕਬ ਨੂੰ ਅਤੇ ਉਹਨੂੰ ਵੇਚ ਦਿੱਤਾ ਸੀ ਐਜ਼ ਏ ਸਲੇਵ ਇਜਿਪਸ਼ੀਅਨ ਨੂੰ ਅਤੇ ਜਦੋਂ ਉਹ ਪ੍ਰੋਮਿਸ ਲੈਂਡ ਛੱਡ ਗਿਆ ਨਾ ਉਦੋਂ ਉਹਦੇ 'ਚ ਕੋਈ ਵੀ ਨਹੀਂ ਰਿਹਾ ਆਦਮੀ ਜਿਹੜਾ ਕਿ ਇਬਰਾਹਿਮ ਦਾ ਫੇਥਫੁੱਲ ਹੋਵੇ ਇਬਰਾਹਿਮ ਦਾ ਵਫ਼ਾਦਾਰ ਹੋਵੇ ਉੱਦਾਂ ਹੀ ਆ ਜਿਹੜੀ ਨਮਕ ਸੀ ਜਿਹੜਾ ਇਬਰਾਹਿਮ ਦਾ ਕੋਈ ਨਹੀਂ ਸੀ ਕਿਸੇ 'ਚ ਵੀ ਨਹੀਂ ਸੀਗਾ ਉਹਦੇ 'ਚ ਸੀਗਾ ਜੋਸਫ 'ਚ ਉਹਨੂੰ ਉਹਨਾਂ ਨੇ ਮਾਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਫਿਰ ਇਜਿਪਸ਼ੀਅਨ ਨੂੰ ਉਹਨਾਂ ਨੇ ਸਲੇਮ ਵੇਚ ਦਿੱਤਾ ਚਾ ਛੁੱਟੀ ਹੋਈ ਉਹਦੀ ਅਤੇ ਜਦੋਂ ਉੱਥੇ ਗਿਆ ਇਜਿਪਸ਼ੀਅਨ ਦੇ ਉਹ ਜੋਸਫ ਉਹਨੂੰ ਸਾਰਿਆਂ ਨੂੰ ਵੱਡੀ ਪਦਵੀ ਉਹਨਾਂ ਦਿੱਤੀ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਅਤੇ ਉਹ ਜਿਹੜਾ ਸੀਗਾ ਬਾਕੀ ਦੇ 11 ਉੱਥੇ ਮੀਂਹ ਨਾ ਪਵੇ ਉਹ ਜਿਹੜੇ ਥੋੜ੍ਹਾ ਬਹੁਤ ਖਾਂਦੇ ਸੀਗੇ ਜੋਸਫ ਕਰਕੇ ਉਹ ਵੀ ਹਟ ਗਿਆ ਕਾਲ ਪੈ ਗਿਆ ਅਤੇ ਫਿਰ ਉਹਨਾਂ ਦੇ ਜੈਕਬ ਜਿਹੜਾ ਸੀ ਉਹਦਾ ਪੇ ਉਹਨਾਂ ਦਾ ਉਹ ਕਹਿੰਦਾ ਜਾਓ ਉੱਥੇ ਇਜਿਪਟ 'ਚ ਹੈਗੇ ਦਾਣੇ ਉੱਥੋਂ ਲੈ ਕੇ ਆਓ ਉੱਥੇ ਗਏ ਜੇ ਤਾਂ ਫਿਰ ਉਹੀ ਜਿਹੜਾ ਭਰਾ ਉਹਨਾਂ ਨੇ ਮਾਰਨਾ ਸੀ ਨਾ ਉਹੀ ਪ੍ਰਧਾਨ ਬਣਿਆ ਸੀ ਅਤੇ ਉਹਦੇ ਕੋਲ ਗਏ ਦਾਣੇ ਮੰਗਣ ਉਹਨੇ ਪਹਿਲਾਂ ਮੂੰਹ ਮਾਰ ਨਹੀਂ ਦਿਖਾ ਲਿਆ ਉਹਨਾਂ ਨੇ ਉੱਦਾਂ ਹੀ ਕਿਹਾ ਚਲੋ ਇਹਨਾਂ ਦੀਆਂ ਬੋਰੀਆਂ ਭਰ ਦਿਓ ਅਤੇ ਨਾਲ ਇਹਨਾਂ ਜਿਹੜੇ ਪੈਸੇ ਲੈ ਕੇ ਇਹਨਾਂ ਵਿੱਚ ਹੀ ਪਾ ਦਿਓ ਪੈਸੇ ਉਹਨਾਂ ਨੂੰ ਦਾਨ ਕੀਤਾ ਉਹਨੇ ਅਤੇ ਫਿਰ ਜਦੋਂ ਉਹ ਪਛਾਣਿਆ ਗਿਆ ਵੀ ਉਹੀ ਹੈਗਾ ਅਤੇ ਫਿਰ ਉਹਨੇ ਬਾਕੀ ਦੇ ਸਾਰਿਆਂ ਨੂੰ ਲੈ ਆਉਂਦਾ ਉੱਥੇ ਇਜਿਪਟ 'ਚ ਵੀ ਤੁਸੀਂ ਇੱਥੇ ਰਹੋ ਚੰਗੀ ਜ਼ਮੀਨ ਲੈ ਕੇ ਦਿੱਤੀ ਪੈਰੋ ਤੋਂ ਅਤੇ ਜਦੋਂ ਮੋਸੇਸ ਉਹਨਾਂ ਨੂੰ ਵਾਪਸ ਲੈ ਕੇ ਗਿਆ ਉਦੋਂ ਇੱਕ ਨੰਬਰ ਦੇ ਉਹਨਾਂ ਜਿਹੜੇ ਦੁਸ਼ਮਣ ਸੀਗੇ ਉਹੀ ਜੋਸਫ ਜੋਸਫ ਦੀ ਜਿਹੜੀ ਔਲਾਦ ਸੀਗੀ ਸਮੈਰੀਟਨ ਉਹਨਾਂ ਨਾਲ ਕਰਦੇ ਸੀਗੇ ਉਹ
ਯਾਨੀ ਕਿ ਨਮਕ ਹਰਾਮੀ ਸੀਗੇ ਉਹ, ਇਹਨਾਂ ਨੂੰ ਕਹਿੰਦੇ ਸਾਲਟਲੈਸ ਪੀਪਲ। ਉਹਨੇ ਇੰਨੀ ਉਹਨਾਂ ਦੀ ਕੀਤੀ, ਉਹਨਾਂ ਨੂੰ ਮੰਗਵਾਇਆ ਅਤੇ ਉਹਨਾਂ ਦੇ ਲੁੱਕ ਆਫਟਰ ਕੀਤੀ, ਅਤੇ ਜਦੋਂ ਵਾਪਸ ਗਿਆ ਆਪਣੀ ਆਪਣੇ ਇਜ਼ਰਾਈਲ ਵਿੱਚ, ਉਦੋਂ ਉਹਦੇ ਨਾਲ ਦੁਸ਼ਮਣੀ, ਜੈਕਬ ਨੇ ਆਪਣਾ ਜਿਹੜਾ ਖੂਹ ਸੀਗਾ ਉਹ ਦੇ ਤਾ ਉਹਨਾਂ ਨੂੰ, ਸਮੈਰੀਟਨ ਨੂੰ ਦੇ ਤਾ। ਜੌਨ 4 ਵਿੱਚ ਉਹ ਮੈਨਸ਼ਨ ਹੈਗਾ, ਸਮੈਰੀਟਨ ਵੂਮਨ ਐਟ ਦੀ ਵੈਲ। ਅਤੇ ਉਹ ਜਿਹੜੀਆਂ 11 ਸੀਗੇ ਨਾ ਜਿਹੜੇ ਕਰੁੱਕ, ਜਿਹੜੇ ਪੈਟਰੀਆਰਕ, ਉਹਨਾਂ ਦੇ ਬਜ਼ੁਰਗ ਵੱਡੇ ਵਡੇਰੇ, ਉਹਨਾਂ ਦੀਆਂ ਜਿਹੜੀਆਂ ਕਰੈਕਟਰਿਸਟਿਕਸ ਸੀਗੀਆਂ, ਜਿੱਦਾਂ ਸੁਭਾਅ ਸੀ ਨਾ ਉਹ ਚੱਲਦਾ ਆਇਆ ਉੱਦਾਂ ਹੀ। ਅਤੇ ਇਸ ਕਰਕੇ ਉਹ 11 ਦੇ 11 ਦੀ ਔਲਾਦ ਜਿਹੜੀ ਸੀਗੀ ਉਹ ਕਰੁੱਕ ਸੀਗੀ। ਜੂਡਾ ਟ੍ਰਾਈਬ ਜਿਹੜੇ ਸੀਗੇ ਉਹ ਸਾਰਿਆਂ ਨਾਲੋਂ ਵੱਡਾ ਸੀ ਉਹਨਾਂ 'ਚੋਂ, ਉਹ ਇੱਕ ਨੰਬਰ ਦਾ ਕਰੁੱਕ ਸੀ। ਅਤੇ ਇਸ ਕਰਕੇ ਜੀਜ਼ੇ ਨੂੰ ਫਿਰ ਜੂਡਾ ਟ੍ਰਾਈਬ ਦੇ ਲੋਕਾਂ 'ਚ ਪੈਦਾ ਹੋਣਾ ਪਿਆ, ਉਹਨਾਂ ਨੂੰ ਸੁਧਾਰਨਾ ਪਿਆ। ਜਿੱਦਾਂ ਇੰਡੀਆ 'ਚ ਨਾਨਕ ਜਿਹੜੇ ਸੀ ਖੱਤਰੀਆਂ ਦੇ ਆਏ, ਖੱਤਰੀ ਇੱਕ ਨੰਬਰ ਦੇ ਲਾਲਚੀ ਅਤੇ ਖੂਨ ਪੀਸਣ ਵਾਲੇ ਸੀਗੇ। ਉਹਨਾਂ ਨੂੰ ਸਬਕ ਦੇਣ ਲਈ ਇਹ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਘਰ ਆਏ ਸੀਗੇ, ਪਰ ਉਹਨਾਂ ਨੇ ਉਹਦੀ ਕਦਰ ਨਾ ਕੀਤੀ। ਅਤੇ ਬਾਕੀ ਜੱਟਾਂ ਨੇ ਉਹਨੇ ਬਹੁਤ ਕਦਰ ਕੀਤੀ, ਜੱਟਾਂ ਚੂੜੇ ਚਮਾਰਾਂ ਨੇ। ਹੁਣ ਇੱਥੇ ਜਿਹੜਾ ਹੈਗਾ ਇਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈਗਾ ਇਜ਼ਰਾਈਲ 'ਚ ਫਾਈਨਲ ਬਰਨਿੰਗ ਲਈ, ਮਾਥਿਊ 13:24-30। ਅਤੇ ਹੁਣ ਆਪਣਾ ਸੁਭਾਅ ਦਿਖਾ ਰਹੇ ਨੇ ਨਮਕ ਹਰਾਮੀ ਵਾਲੇ। ਫਿਰ ਜਿਸ ਮੁਲਕ 'ਚ ਇਹਨਾਂ ਦਾ ਵੱਡਾ ਵਡੇਰਾ ਆਇਆ ਸੀ ਨਾ ਇਰਾਕ, ਪਹਿਲਾਂ ਉਹਦੀ ਤਬਾਹੀ ਕੀਤੀ ਇਹਨਾਂ ਨੇ। ਉਹ ਕਹਿੰਦੇ ਵੀ ਸਾਡਮ ਹੁਸੈਨ ਕੋਲ ਵੈਪਨ ਦਾ ਮਾਸ ਡਿਸਟ੍ਰਕਸ਼ਨ ਹੈਗੇ ਨੇ, ਵੇਚੇ ਹੋਣੇ ਉਹਨਾਂ ਨੇ, ਪਤਾ ਹੋਣਾ ਵੀ ਹੈਗੇ ਉਹਦੇ ਕੋਲ, ਪਰ ਉਹਦੇ ਜਦੋਂ ਉਹ ਹਮਲਾ ਕੀਤਾ ਕੋਈ ਵੀ ਨਹੀਂ ਮਿਲਿਆ ਉਹਦੇ 'ਚ ਵੈਪਨ ਆਫ ਮਾਸ ਡਿਸਟ੍ਰਕਸ਼ਨ। ਇੱਕ ਰਿਟਾਇਰਡ ਮੇਜਰ ਜਨਰਲ ਆਰਮੀ ਦਾ, ਉਹ ਉੱਥੇ ਸੀਗਾ ਇਰਾਕ 'ਚ, ਅਤੇ ਉਹ ਇੱਥੇ ਰੈਡਿੰਗ ਆਇਆ, ਲੈਕਚਰ ਦੇਣ, ਸਰਮਨ ਦੇਣ ਆਇਆ। ਕ੍ਰਿਸ਼ਚੀਅਨ ਬ੍ਰੈਕਫਾਸਟ ਸੀਗਾ, ਕ੍ਰਿਸ਼ਚੀਅਨ ਮੈਨਸ ਬ੍ਰੈਕਫਾਸਟ, ਅਤੇ ਮੈਂ ਗਿਆ ਸੀਗਾ ਉੱਥੇ। ਅਤੇ ਉਹਨੂੰ ਉਹ ਪੁੱਛਦੇ ਵੀ ਉੱਥੇ ਕੋਈ ਵੈਪਨ ਦਾ ਮਾਸ ਡਿਸਟ੍ਰਕਸ਼ਨ ਸੀਗੇ ਸਾਡਮ ਹੁਸੈਨ ਕੋਲ ਜਦੋਂ ਉਹਨੂੰ ਮਾਰਿਆ ਹੈਗਾ? ਕਹਿੰਦਾ ਕੋਈ ਨਹੀਂ ਸੀਗਾ ਉੱਥੇ, ਇਹ ਸਾਰਾ ਕੂੜ ਹੈਗਾ। ਯਾਨੀ ਕਿ ਟੋਨੀ ਬਲੇਅਰ ਅਤੇ ਬੁਸ਼ ਇਹ ਦੋਨੋਂ ਕੁੜਿਆਰ ਨਿਕਲੇ, ਕੂੜ ਬੋਲਣ ਵਾਲੇ, ਕੂੜ ਡੋਬੇ ਕੂੜ। ਅਤੇ ਇਹਨਾਂ ਨੇ ਉਹਦੇ ਨਾਲ ਦੇਖੋ ਉਹਨਾਂ ਦੀ ਪਹਿਲਾਂ ਤਬਾਹੀ ਕੀਤੀ, ਗਰਕ ਕੀਤਾ ਉਹਨਾਂ ਦਾ, ਇਰਾਕ ਕੀਤਾ ਜਿਹੜਾ ਕਿ ਉਹਦੇ ਵੱਡੇ ਵਡੇਰਿਆਂ ਦਾ ਸੀਗਾ ਜੂਆਂ ਦਾ, ਉਹਦੇ ਬਰਖਲਾਫ ਉਹਨਾਂ ਨੇ ਜ਼ੋਰ ਲਾਇਆ। ਯਾਨੀ ਕਿ ਪੈਸਾ ਤਾਂ ਜਿਹੜਾ ਨਾ ਮੀਡੀਆ ਜੂਆਂ ਦੇ ਹੱਥ 'ਚ ਹੈਗਾ ਨਾ ਉੱਥੇ ਅਮੈਰੀਕਾ 'ਚ, ਅਮੈਰੀਕਾ 'ਚ ਜਿਹੜੇ ਜੂ ਹੈਗੇ ਉਹ ਰਾਜ ਕਰਦੇ ਨੇ ਅਮੈਰੀਕਾ 'ਤੇ, ਜੂ ਜਿਹੜੇ ਹੈਗੇ ਨੇ ਇਜ਼ਰਾਈਲ ਦੇ ਹੈਗੇ ਨੇ, ਅਤੇ ਇਸ ਕਰਕੇ ਅਮੈਰੀਕਾ 'ਚ ਰਾਜ ਇਜ਼ਰਾਈਲ ਦਾ ਹੈ। ਅਤੇ ਉਹਨਾਂ ਨੇ ਫਿਰ ਇਹ ਜਿਹੜਾ ਸੀ ਨਾ ਇਹਨੂੰ ਖੂਬ ਬਰਬਾਦ ਕੀਤਾ। ਇੱਥੋਂ ਉਹਨਾਂ ਨੇ ਮਿਡਲ ਈਸਟ 'ਤੇ ਜਿਹੜੀ ਤਬਾਹੀਆਂ ਸ਼ੁਰੂ ਕੀਤੀਆਂ ਨੇ। ਅਤੇ ਉਹ ਕਹਿੰਦਾ ਕੋਈ ਨਹੀਂ ਸੀਗਾ ਫਿਰ ਤਾਂ ਉਹ ਜਿਹੜੀ ਉਹਨਾਂ ਨੇ ਬੋਲੀ ਸੀ ਚੀਜ਼ ਵੀ ਹੈਗੇ ਉੱਥੇ ਕੁਛ ਸੀ, ਤਦ ਉਹ ਮੁਲਕ ਢਾਉਣ ਲੱਗਿਆਂ ਬਰਬਾਦ ਕਰਨ ਲੱਗਿਆਂ, ਉਹ ਤਾਂ ਇੱਕ ਬਹਾਨਾ ਸੀਗਾ। ਯਾਨੀ ਕਿ ਇਹਨੂੰ ਕਹਿੰਦੇ ਹਿਪੋਕ੍ਰੇਸੀ, ਕੂੜ, ਕੂੜ ਡੋਬੇ ਕੂੜ। ਅਤੇ ਇਹ ਹਿਪੋਕ੍ਰੇਸੀ ਸੀ ਉਹਨਾਂ ਦੀ ਇਹ। ਅਤੇ ਹਿਪੋਕ੍ਰੇਸੀ ਨੂੰ ਜਿਹੜਾ ਐਕਸਪੋਜ਼ ਕਰੀਦਾ ਉਹ ਹੈਗਾ ਰਾਈਟੀਅਸਨੈਸ ਨਾਲ, ਰਾਈਟੀਅਸਨੈਸ ਸਤਿਗੁਰੂ ਜੀਜੇ ਦੀ, ਸਤਿਗੁਰੂ ਨਾਨਕ ਅਤੇ ਸਤਿਗੁਰੂ ਜੀਜੇ ਦੀ, ਇਹਨਾਂ ਦੀ ਰਾਈਟੀਅਸ। ਸਤਿਗੁਰੂ ਨਾਨਕ ਜੀਜੇ ਦਾ ਸੈਕਿੰਡ ਕਮਿੰਗ ਹੈਗੇ ਨੇ। ਇਹ ਪਹਿਲਾਂ ਜਿਹੜਾ ਸੀਗਾ ਹਰਿਮੰਦਰ, ਇਹ ਜਰੂਰਨਮ ਹੁੰਦਾ ਸੀ ਪੱਧਰੇ, ਜਿੱਥੇ ਹੈਗੀ ਮੋਸਕ ਅਲਕਸ ਹੈਗੀ ਅੱਜ, ਉੱਥੇ ਹੁੰਦਾ ਸੀਗਾ ਕੋਈ। ਅਤੇ ਹੁਣ ਹੈਗਾ ਇੰਡੀਆ 'ਚ, ਇੰਡੀਆ 'ਚ ਲੋਕ ਹੈਗੇ ਤੱਤੇ ਸੁਭਾਅ ਦੇ,
ਇਸ ਕਰਕੇ ਇੱਥੇ ਜਿਹੜਾ ਹੈਗਾ ਇਹ ਪਾਣੀ ਦੇ ਗੱਬੇ ਹੈਗਾ ਵੀ ਜਿੰਨੇ ਚਿਰ ਠੰਡੇ ਸੁਭਾਅ ਨਹੀਂ ਹੁੰਦੇ ਉਨੇ ਚਿਰ ਨਾਲ ਸੁਰਤੀ ਨਹੀਂ ਆਉਂਦੀ, ਸੁਰਤੀ ਬਿਨਾਂ ਇਸ ਬਾਣੀ ਨਹੀਂ ਸਮਝ ਆਉਂਦੀ। ਅਤੇ ਹੁਣ ਜਿਹੜਾ ਹੈਗਾ ਕਲਯੁਗ ਦਾ ਅਖੀਰ ਹੈਗਾ, ਇਹ ਜਿਹੜੇ ਹੈਗੇ ਨੇ ਜੂ ਹੈਗੇ ਨੇ ਜਿਹਨੂੰ ਜੂਦੀ ਕਹੀ ਆਪਾਂ, ਅਤੇ ਇਹ ਨਮੂਨੇ ਦੇ ਲੋਕ ਹੈਗੇ ਨੇ ਬ੍ਰਹਮਾ ਨੇ ਪੈਦਾ ਕੀਤਾ ਉੱਥੇ। ਇਹਨਾਂ 'ਚੋਂ ਅਬਰਮ ਲਿਜਾ ਕੇ ਉੱਥੇ ਉਹਨੂੰ ਪ੍ਰੋਮਿਸ ਉਹਨੂੰ ਪ੍ਰੋਮਿਸ ਲੈਂਡ ਦਿੱਤੀ ਜਿਹੜੀ ਕਿ ਗਾਰਡਨ ਆਫ ਈਡਨ ਹੈਗੀ। ਅਤੇ ਉਹਦੇ ਰਾਹੀਂ ਆਪਾਂ ਨੂੰ ਸਬਕ ਮਿਲ ਰਹੇ ਨੇ, ਹੁਣ ਜਿਹੜਾ ਹੈਗਾ ਦੁਨੀਆ ਦਾ ਖਾਤਮਾ ਹੋਣ ਵਾਲਾ ਹੈਗਾ, ਐਂਡ ਆਫ ਦੀ ਏਜ, ਤਦੀ ਐਟੋਮਿਕ ਬਾਰ ਐਟੋਮਿਕ ਬੰਬ ਵਗੈਰਾ ਬਣ ਰਹੇ ਨਾ, ਪਹਿਲਾਂ ਕਿਉਂ ਨਹੀਂ ਬਣੇ, ਇਹ ਹਰ ਇੱਕ ਮੌਕੇ ਸਿਰ ਚੱਲਦੀ ਹੈਗੀ। ਅਤੇ ਆਹ ਕਰੋਨਾ ਵਾਇਰਸ ਜਿਹੜਾ ਹੈਗਾ ਇਹਨਾਂ 'ਚ ਕਾਇਦੇ ਕੈਸਾ ਇਹਨਾਂ ਦਾ ਹਿਲਾਏਗਾ ਇਹਨਾਂ ਨੂੰ ਖੂਬ। ਅਤੇ ਇੱਥੇ ਗਰੀਬੀ ਹੋ ਜਾਂਦੀ, ਅਨਇੰਪਲੋਇਮੈਂਟ, ਗਰੀਬਾਂ ਨੇ ਫਿਰ ਅਮੀਰਾਂ ਨੂੰ ਡਾਕੇ ਮਾਰਨੇ ਨੇ, ਅਤੇ ਜਿਹੜੇ ਜੂ ਹੈਗੇ ਨੇ ਜਿਹੜੇ ਅਮੀਰ ਇਹ ਨੱਠਣਗੇ ਇਜ਼ਰਾਈਲ ਨੂੰ, ਇਜ਼ਰਾਈਲ ਜਾਣਗੇ ਤਾਂ ਉੱਥੇ ਇਹਨਾਂ ਨੂੰ ਸਾਰੀ ਪ੍ਰੋਮਿਸ ਲੈਂਡ ਇਹਨਾਂ ਨੂੰ ਮਿਲੂਗੀ, ਇਹਨਾਂ ਨੇ ਲੈ ਲੈਣੀ। ਜੋਰਡਨ ਵੀ ਕਹਿੰਦੇ ਹੁਣ ਲੈ ਲੈਣਾ ਹੈਗਾ, ਅਤੇ ਜਿਹੜੀਆਂ ਵੈਸਟ ਬੈਂਕ ਹੈਗਾ ਉਹ ਵੀ ਲੈ ਲੈਣਾ ਇਹਨਾਂ ਨੇ, ਇਹਨਾਂ ਨੇ ਸਾਰੇ 'ਤੇ ਕਬਜ਼ਾ ਕਰਨਾ ਹੈਗਾ। ਅਤੇ ਹੁਣ ਤੁਸੀਂ ਦੇਖੋਗੇ ਕਿੱਦਾਂ ਹਾਲਾਤ ਬਦਲਦੇ ਨੇ ਇੱਥੇ। ਅਤੇ ਜੇ ਤੁਸੀਂ ਬਾਣੀ ਸਮਝੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਸਾਰੀਆਂ ਚੀਜ਼ਾਂ ਦਾ। ਇਸ ਕਰਕੇ ਪਹਿਲਾਂ ਜਿਹੜਾ ਉਹਨਾਂ ਨੇ ਤਬਾਹੀ ਕੀਤੀ ਹੈਗੀ ਉਹ ਇਰਾਕ ਦੀ ਕੀਤੀ ਹੈਗੀ, ਉਹ ਇੱਕ ਕੂੜ ਬੋਲ ਕੇ, ਕੂੜ ਡੋਬੇ ਕੂੜ, ਕੂੜ ਬੋਲ ਕੇ ਕੀਤੀ ਸੀਗੀ ਵੀ ਉਹਦੇ ਕੋਲ ਵੈਪਨ ਦਾ ਮਾਸ ਡਿਸਟ੍ਰਕਸ਼ਨ ਹੈਗੇ ਨੇ, ਪਰ ਮਿਲਿਆ ਕੋਈ ਵੀ ਨਹੀਂ ਹੈਗਾ ਉੱਥੇ। ਅਤੇ ਇਸ ਕਰਕੇ ਕੂੜ ਹੈਗਾ ਨਾ, ਇਸ ਕੂੜ ਨੂੰ ਤੁਸੀਂ ਪਛਾਣੋ। ਅਤੇ ਹੁਣ ਜਿਹੜੀ ਆਪਣੇ ਹੋਣੀ ਹੈਗੀ ਆਪਣੇ ਸੈਕਟੇਰੀਅਨ ਰਾਇਲਸ ਇੰਡੀਆ 'ਚ ਹੋਣਗੇ ਨਾ ਜਿਹੜੇ, ਉਹ ਬਹੁਤ ਜ਼ਬਰਦਸਤ ਹੋਣਗੇ, ਉਹਦੇ 'ਚ ਬਹੁਤ ਤਬਾਹੀ ਹੋਏਗੀ। ਜਿਹੜਾ 1947 'ਚ ਸੀਗੀ ਤਬਾਹੀ, ਉਹਦਾ ਕੁਛ ਨਹੀਂ ਸੀਗੀ, ਉਹਦੇ ਨਾਲ ਵੀ ਜ਼ਿਆਦਾ ਵੀਡੀਓ।